ਹਾਂਜੀ ਦੋਸਤੋ ਮਿਊਜ਼ਿਕ ਜਿਹੜਾ ਹੈ ਇਹਦੇ ਵਿੱਚ ਇੱਕ ਬਹੁਤ ਹੀ ਗ੍ਰੇਟੈਸਟ ਆਪਾਂ ਕਹਿ ਸਕਦੇ ਹਾਂ ਕਿ ਹੀਲਿੰਗ ਪਾਵਰ ਹੁੰਦੀ ਹੈ ਮਿਊਜ਼ਿਕ ਜਿਹੜਾ ਹੈ ਉਹ ਤੁਹਾਨੂੰ ਸਟ्रेस ਤੁਹਾਡੇ ਸਟ्रेस ਨੂੰ ਰਿਲੀਫ ਕਰਦਾ ਹੈ ਹੀਲਿੰਗ ਪਾਵਰ ਹੈ ਉਹਦੇ ਵਿੱਚ ਇੱਕ ਬਹੁਤ ਜ਼ਿਆਦਾ ਤੁਹਾਡੇ ਦਿਮਾਗ ਨੂੰ ਸਟ्रेस ਫਰੀ ਕਰਦਾ ਹੈ ਉਈ ਸੋਚ ਤੁਹਾਡੇ ਦਿਮਾਗ ਚ ਚੱਲ ਰਹੀ ਹੈ ਤੁਸੀਂ ਪਰੇਸ਼ਾਨ ਹੋ ਐਂਡ ਯੂ ਗੋ ਟੂ ਦ 뮤직 ਉਹ ਨੂੰ ਸੁਣੋਗੇ ਤਾਂ ਤੁਹਾਨੂੰ ਉਸ ਚੀਜ਼ ਤੋਂ ਦੂਰ ਜਾਣ ਵਾਸਤੇ ਹੈਲਪ ਕਰਦਾ ਹੈ ਬਹੁਤ ਸਾਰੇ ਲੋਕ ਹੈ ਜਿਹੜੇ ਨਹੀਂ ਆਮ 뮤직 ਨੂੰ ਸੁਣਦੇ ਉਹ ਭਜਨ ਸੁਣਦੇ ਆ ਸ਼ਬਦ ਸੁਣਦੇ ਆ ਤੁਸੀਂ ਕਿਤੇ ਵੀ ਟਰਾਈ ਕਰਕੇ ਦੇਖਿਓ ਸਟ्रेस ਚ ਤੁਸੀਂ ਅੱਖਾਂ ਬੰਦ ਕਰਕੇ ਕੋਈ ਵੀ ਸਿੰਪਲ ਇਨਸਟਰੂਮੈਂਟਲ 뮤직 ਹੀ ਚੈਅ ਲਗਾ ਲਓ ਲਾਈਟ ਚਾਹ ਤੇ ਤੁਹਾਡੇ ਦਿਮਾਗ ਚ ਉਹ ਗੱਲਾਂ ਦੂਰ ਹੋ ਜਾਣਗੀਆਂ ਜੋ ਤੁਸੀਂ ਸੋਚ ਰਹੇ ਹੋ ਤੁਸੀਂ ਕਿਸੇ ਹੋਰ ਹੀ ਦੁਨੀਆ ਚ ਚਲੇ ਜਾਂਦੇ ਹੋ ਗਾਣਿਆਂ ਦੇ ਲਿਰਿਕਸ ਬਹੁਤ ਮੈਟਰ ਕਰਦੇ ਆ ਕਈ ਲੋਕ ਸਿਰਫ میوزਿਕ ਨੂੰ ਪਸੰਦ ਕਰਦੇ ਹੈ ਕਈ ਲਿਰਿਕਸ ਨੂੰ ਪਸੰਦ ਕਰਦੇ ਆ ਉਹਦੀ ਸ਼ਾਇਰੀ ਨੂੰ ਜੋ ਕੁਝ ਲਿਖਿਆ ਉਸ ਚੀਜ਼ ਨੂੰ ਪਸੰਦ ਕਰਦੇ ਆ ਸੋ ਜੇ ਤੁਸੀਂ ਆਪਣੇ ਆਪ ਨੂੰ ਸਟ्रेस ਫ੍ਰੀ ਕਰਨਾ ਚਾਹੁੰਦੇ ਹੋ ਤਾਂ ਇਹ ਵੀ ਇੱਕ ਤਰੀਕਾ ਹੈ ਕਿ ਤੁਸੀਂ میوزਿਕ ਦੀ ਗੋਦ ਚ ਜਾਓ ਉਹਦੀ ਸ਼ਰਣ ਚ ਜਾਓ ਤੇ ਤੁਹਾਨੂੰ میوزਿਕ ਜਿਹੜਾ ਹੈ ਉਹ ਕਿਸੇ ਹੋਰ ਹੀ ਦੁਨੀਆ ਚ ਲੈ ਜਾਊਗਾ ਕੋਸ਼ਿਸ਼ ਕਰਕੇ ਦੇਖੋ ਰਾਤ ਨੂੰ ਸੌਣ ਵੇਲੇ ਤੁਸੀਂ ਕੋਈ ਵੀ ਸ਼ਬਦ ਜੋ ਜਿਸ ਵੀ ਤੁਸੀਂ ਰਿਲੀਜੀਅਨ ਨੂੰ ਮੰਨਦੇ ਹੋ ਉਹਦਾ ਉਹਦਾ ਭਜਨ ਉਹਦਾ ਸ਼ਬਦ ਲਾ ਕੇ ਤੁਸੀਂ ਸੌਂ ਜੋ ਤੇ ਯੂ ਵਿਲ ਫੀਲ ਕਿ ਤੁਹਾਡੀ ਨੀਂਦ ਕੁਝ ਡਿਫਰੈਂਟ ਹੀ ਸੀ ਆਮ ਦੇ ਨਾਲੋਂ ਔਰ ਇਸ ਚੀਜ਼ ਨੂੰ ਜੇ ਪ੍ਰੈਕਟਿਸ ਹੀ ਬਣਾ ਲਓਗੇ ਤਾਂ ਮੇਰੇ ਖਿਆਲ ਹੈ ਤੁਹਾਡੀ ਜ਼ਿੰਦਗੀ ਚ ਬਹੁਤ ਜ਼ਿਆਦਾ ਪੋਜ਼ਿਟਿਵਿਟੀ ਆਉਗੀ ਕਿਉਂਕਿ ਤੁਹਾਡੀ ਸਲੀਪ ਜਿਹੜੀ ਹੈ ਉਹ ਇਨਹਾਂਸ ਹੋਣੀ ਹੈ ਹੋਰ ਇਨ੍ਹਾਂ ਸ਼ਬਦਾਂ ਨਾਲ ਮਿਊਜ਼ਿਕ ਨਾਲ ਟ੍ਰਾਈ ਕਰਕੇ ਦੇਖੋ ਯੂ ਵਿਲ ਫੀਲ ਦਾ ਡਿਫਰੈਂਸ ਖੁਸ਼ ਰਹਿਣ ਦਾ ਇੱਕ ਹੋਰ ਤਰੀਕਾ ਆਪਣੇ ਆਪ ਨੂੰ ਸਟ्रेस ਫਰੀ ਰੱਖਣ ਦਾ ਇੱਕ ਹੋਰ ਤਰੀਕਾ 뮤ਜ਼ਿਕ